जिला फतेहगढ़ साहब के पिंड तरखाण माजरा विच होई श्री गुरु ग्रंथ साहब की बेअदबी करन वाले दोषी ते टिप्पणी करते हुए नजर आए सिंगर कुलवीर झिंजर ਅਤੇ ਐਕਟਰ ਦੀਪ ਸਿੱਧੂ। 2015 ਚ ਵੀ ਕਿਸਾਨ ਸੰਘਰਸ਼ ਚੱਲ ਰਿਹਾ ਸੀ, ਉਸ ਵੇਲੇ ਵੀ ਕੱਲ ਦੇ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ। ਪਹਿਲਾਂ ਤਾਂ ਜੇ ਗੱਲ ਕਰੀਏ ਕੁਲਬੀਰ ਝਿੰਜਰ ਦੀ ਤਾਂ ਉਹਨਾਂ ਨੇ ਇੱਕ ਪੋਸਟ ਪਾਉਂਦੇ ਹੋਏ ਲਿਖਿਆ, ਸਰਕਾਰਾਂ ਵੀ ਸਿੱਖ ਹੀ ਚਲਾਉਂਦੇ ਨੇ, ਆਫਿਸਰ ਵੀ ਸਿੱਖ ਹੀ ਨੇ ਜ਼ਿਆਦਾ ਪੰਜਾਬ 'ਚ। ਮੈਂ ਜਾਤ ਪਾਤ ਜਾਂ ਧਰਮ ਦੀ ਗੱਲ ਨਹੀਂ ਕਰਦਾ, ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਕਿ ਫਿਰ ਵੀ ਇਹ ਸਭ ਵਾਰ ਵਾਰ ਪੰਜਾਬ 'ਚ ਹੀ ਕਿਉਂ ਹੁੰਦਾ? ਕੀ ਇਹ ਕਿਸਾਨੀ ਅੰਦੋਲਨ ਨੂੰ ਢਾਲ ਲਾਉਣ ਦੀ ਅਤੇ ਉਸਨੂੰ ਕਮਜ਼ੋਰ ਕਰਨ ਦੀ ਪਲੈਨਿੰਗ ਨਾਲ ਹੋਇਆ, ਜਾਂ ਇਸਦੇ ਪਿੱਛੇ ਕੋਈ ਹੋਰ ਕਾਰਨ ਹੈ? ਜੋ ਵੀ ਹੈ, ਇਹ ਕਲੰਕ ਹੈ ਪੰਜਾਬ ਦੇ ਰਾਜਕਰਤਾ ਘਰਾਣਿਆਂ ਦੇ ਮੂੰਹ 'ਤੇ। ਅਤੇ ਅਜਿਹਾ ਹੀ ਕੁਛ ਦੀਪ ਸਿੱਧੂ ਨੇ ਲਾਈਵ ਆ ਕੇ ਬੋਲਿਆ। 2015 'ਚ ਵੀ ਕਿਸਾਨ ਸੰਘਰਸ਼ ਚੱਲ ਰਿਹਾ ਸੀ, ਉਸ ਵੇਲੇ ਵੀ ਕੱਲ੍ਹ ਦੇ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਅਤੇ ਹੁਣ ਵੀ ਉਸੇ ਜਮ੍ਹਾਂ ਪੜਾਅ 'ਤੇ ਆ ਕੇ ਖੜ੍ਹੇ ਹਾਂ। ਸੋ ਇਹ ਆਪਸ 'ਚ ਕਿਤੇ ਨਾ ਕਿਤੇ ਕੋਰਿਲੇਟ ਕਰਦੀ ਹੈ ਗੱਲ। ਪਰ ਇਦੋਂ ਪਹਿਲਾਂ ਗੱਲ ਅਸੀਂ ਇੱਕ ਹੋਰ ਸਮਝੀਏ, ਜੇ ਅਸੀਂ ਆਪਦੇ ਇਸ਼ਟ ਦੀ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਆਪ ਪਹਿਰਾ ਹੀ ਨਹੀਂ ਦੇ ਸਕਦੇ, ਸੁਰੱਖਿਆ ਹੀ ਨਹੀਂ ਕਰ ਸਕਦੇ, ਫਿਰ ਸਾਡੇ 'ਚ ਰਹਿ ਕੀ ਗਿਆ? ਫਿਰ ਸਾਡੇ ਪੱਲੇ ਕੀ ਆ? ਫਿਰ ਵੱਡੀਆਂ ਵੱਡੀਆਂ ਗੱਲਾਂ ਕਰਕੇ ਅਸੀਂ ਕਹਿੰਦੇ ਹਾਂ ਵੀ ਅਸੀਂ ਇਤਿਹਾਸ ਸਿਰਜਾਂਗੇ, ਅਸੀਂ ਕੌਮ ਨੂੰ ਬਚਾਵਾਂਗੇ, ਪੰਜਾਬ ਨੂੰ ਬਚਾਵਾਂਗੇ। ਜੇ ਅਸੀਂ ਆਪਦੇ ਗੁਰੂਆਂ ਦੀ, ਜਿਨ੍ਹਾਂ 'ਤੇ ਪੰਜਾਬ, ਜਿਨ੍ਹਾਂ ਨੇ ਪੰਜਾਬ ਨੂੰ ਸਿਰਜਿਆ, ਉਹਨਾਂ ਦੇ ਫਲਸਫਿਆਂ ਦੀ ਅਸੀਂ ਰੱਖਿਆ ਨਹੀਂ ਕਰ ਸਕਦੇ ਵੀ ਪਿੰਡ ਵਾਲੇ ਪਹਿਰਾ ਲਾ ਦੇਣ, ਜਿਵੇਂ ਰੌਲ ਲੱਗਦੀ ਆ। ਇਹ ਘਰ ਘਰ ਵਾਈਜ਼ ਪਿੰਡ 'ਚ ਜੇ 500 ਘਰ ਆ ਤਾਂ 500 ਘਰ ਇੱਕ ਇੱਕ ਕਰਕੇ ਪਹਿਰਾ ਲਾ ਦੇਣ। ਤੁਹਾਨੂੰ ਕੀ ਲੱਗਦਾ ਹੈ ਕਿ ਸਭ ਪਿੱਛੇ ਦਾ ਕੀ ਕਾਰਨ ਹੋ ਸਕਦਾ ਹੈ? ਕਿਉਂ ਵਾਰ ਵਾਰ ਪੰਜਾਬ ਵਿੱਚ ਬੇਅਦਬੀ ਦੇ ਮਾਮਲੇ ਸਾਹਮਣੇ ਆ ਰਹੇ ਹਨ? ਆਪਣੇ ਵਿਚਾਰ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ ਅਤੇ ਹੋਰ ਵੀ ਅਪਡੇਟਸ ਲਈ ਤੁਸੀਂ ਦੇਖਦੇ ਰਹੋ ਰੁਤਬਾ ਪੰਜਾਬ ਦਾ। ਹੋਰ ਵੀ ਲੇਟੈਸਟ ਅਪਡੇਟਸ ਲਈ ਤੁਸੀਂ ਦੇਖਦੇ ਰਹੋ ਰੁਤਬਾ ਪੰਜਾਬ ਦਾ।